ਦੇਖੋ ਕਿੰਨਾ ਭਿਆਨਕ ਵੱਡਾ ਹਾਦਸਾ ਹੋ ਗਿਆ ਹੈ। ਥਾਣੇ ਦੇ ਵਿੱਚ ਖੜੀਆਂ 10 ਗੱਡੀਆਂ ਜਲ ਕੇ ਸਵਾਹ ਹੋ ਗਈਆਂ ਨੇ। ਦਰਅਸਲ ਇਹ ਗੱਡੀਆਂ ਕਈ ਚਿਰ ਤੋਂ ਇਸ ਥਾਣੇ ਦੇ ਅੰਦਰ ਖੜੀਆਂ ਹੋਈਆਂ ਸੀ। ਜਿਵੇਂ ਕਿ ਤੁਸੀਂ ਅਕਸਰ ਵੇਖਦੇ ਹੋਵੋਗੇ, ਇੰਪਾਊਂਡ ਕੀਤੀਆਂ ਹੋਈਆਂ ਗੱਡੀਆਂ ਥਾਣੇ ਦੇ ਵਿੱਚ ਖੜੀਆਂ ਰਹਿੰਦੀਆਂ ਨੇ। ਉਸੇ ਤਰੀਕੇ ਦੇ ਨਾਲ ਇਹ ਵੀ 10 ਗੱਡੀਆਂ, ਲੱਖਾਂ ਰੁਪਏ ਦੀ ਇਹਨਾਂ ਦੀ ਕੀਮਤ ਹੈ। ਇਹ ਥਾਣੇ ਦੇ ਅੰਦਰ ਖੜੀਆਂ ਸੀ, ਥਾਣੇ ਪਰਿਸਰ ਦੇ ਅੰਦਰ ਖੜੀਆਂ ਸੀ। ਥਾਣੇ ਦੇ ਆਸੇ ਪਾਸੇ ਕਿਸਾਨ ਦੇ ਖੇਤ ਪੈਂਦੇ ਸੀ, ਤਾਂ ਕਿਸਾਨ ਨੇ ਉਹਨਾਂ ਖੇਤਾਂ ਦੇ ਵਿੱਚ ਨਾੜ ਸੀ, ਉਸਨੂੰ ਅੱਗ ਲਗਾ ਦਿੱਤੀ। ਨਾੜ ਦੀ ਅੱਗ ਇੰਨੀ ਜ਼ਿਆਦਾ ਫੈਲ ਗਈ ਕਿ ਉਹ ਥਾਣੇ 'ਤੇ ਦਰਾਂ ਤੱਕ ਆ ਪਹੁੰਚੀ। ਜਿਸ ਤੋਂ ਬਾਅਦ ਪਹਿਲਾਂ ਇੱਕ ਗੱਡੀ ਨੂੰ ਅੱਗ ਪਈ, ਫਿਰ ਦੂਜੀ ਨੂੰ, ਦੇਖਦੇ ਹੀ ਦੇਖਦੇ 10 ਗੱਡੀਆਂ ਜਲ ਕੇ ਸੁਆਹ ਹੋ ਗਈਆਂ। ਤਾਂ ਦੱਸ ਦਈਏ ਕਿ ਮਾਮਲਾ ਜ਼ਿਲ੍ਹਾ ਪਠਾਨਕੋਟ ਦੇ ਅਧੀਨ ਆਉਂਦੇ ਭੋਆ ਹਲਕੇ ਤੋਂ ਸਾਹਮਣੇ ਆ ਰਿਹਾ, ਜਿੱਥੇ ਕਿਸਾਨ ਦੇ ਵੱਲੋਂ ਨਾੜ 'ਚ ਅੱਗ ਲਗਾਈ ਗਈ ਸੀ, ਜਿਸ ਕਰਕੇ 10 ਗੱਡੀਆਂ ਸੜ ਕੇ ਸਵਾਹ ਹੋ ਗਈਆਂ ਨੇ। ਦੋ ਫਾਇਰ ਬ੍ਰਿਗੇਡ ਦੀਆਂ ਜਿਹੜੀਆਂ ਟੀਮਾਂ ਨੇ, ਜਿਹੜੀ ਗੱਡੀਆਂ ਨੇ ਮੌਕੇ 'ਤੇ ਪਹੁੰਚੀਆਂ, ਪਰ ਅੱਗ 'ਤੇ ਕਾਬੂ ਉਸ ਵੇਲੇ ਪਾਇਆ ਗਿਆ ਜਦ ਤੱਕ 10 ਦੀਆਂ 10 ਗੱਡੀਆਂ ਜਲ ਕੇ ਸਵਾਹ ਹੋ ਚੁੱਕੀਆਂ ਸੀ। ਇਹਨਾਂ ਦੇ ਵਿੱਚੋਂ ਕਈ ਗੱਡੀਆਂ ਇੱਕਦਮ ਨਵੀਆਂ ਸੀ, ਕੁਝ ਦਿਨ ਪਹਿਲਾਂ ਇੰਪਾਊਂਡ ਕੀਤੀਆਂ ਗਈਆਂ, ਥਾਣੇ ਖੜੀ ਕਰਾਈਆਂ ਗਈਆਂ ਸੀ, ਅਤੇ ਇਹ 10 ਗੱਡੀਆਂ ਦਾ ਨੁਕਸਾਨ ਹੋ ਗਿਆ ਹੈ। ਤਾਂ ਦੱਸਦੀ ਹੈ ਕਿ ਪਿੰਡ ਕਾਨਵਾਜ ਸਥਿਤ ਥਾਣਾ ਸਦਰ, ਜਿਸ ਦੀ ਇਮਾਰਤ ਬਹੁਤ ਪੁਰਾਣੀ ਹੈ, ਇਮਾਰਤ ਦੇ ਆਲੇ ਦੁਆਲੇ ਵੀ ਜਿਹੜੀ ਨਾੜ ਹੈ ਉੱਗੀ ਹੋਈ ਸੀ, ਇਮਾਰਤ ਦੇ ਵੀ ਘਾਂ ਜਿਹੜੀ ਸੀ ਸੁੱਕੀ ਹੋਈ ਸੀ, ਤਾਂ ਕਰਕੇ ਇਮਾਰਤ ਨੂੰ ਵੀ ਥੋੜ੍ਹੀ ਬਹੁਤ ਅੱਗ ਪਈ, ਪਰ ਜਿਹੜੀ ਗੱਡੀਆਂ ਸੀ ਉਹ ਸੁੱਕੀ ਹੋਈ ਘਾਂ 'ਚ ਖੜੀਆਂ ਸੀ, ਜਿਸ ਕਰਕੇ ਨਾੜ ਦੀ ਅੱਗ ਪਹਿਲਾਂ ਸੁੱਕੀ ਹੋਈ ਘਾਂ ਨੂੰ ਪੈਂਦੀ ਹੈ, ਫਿਰ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ 10 ਦੀਆਂ 10 ਗੱਡੀਆਂ ਜਲ ਕੇ ਸਵਾਹ ਹੋ ਜਾਂਦੀਆਂ ਨੇ। ਇਹ ਸਾਡਾ ਜਿਹੜਾ ਪੁਰਾਣਾ ਥਾਣਾ ਹੈ, ਥਾਣਾ ਸਦਰ, ਥਾਣਾ ਕਾਨਵਾ ਵੀ ਕਿਹਾ ਜਾਂਦਾ ਸੀ ਇਹਨੂੰ, ਇੱਥੇ ਸਾਡਾ ਜਿਹੜਾ ਪੁਰਾਣਾ ਮਾਲ ਮੁਕੱਦਮਾ ਹਾਲੇ ਪਿਆ, ਕਿਉਂਕਿ ਜਿਹੜਾ ਨਵਾਂ ਥਾਣਾ ਹੈ ਉਹ ਬਾੜ ਸਾਹਿਬ ਬਣ ਗਿਆ ਸੀ, ਅਤੇ ਇੱਥੇ ਸਾਡਾ ਜਿਹੜਾ ਮਾਲ ਮੁਕੱਦਮਾ, ਮਾਲ ਮੁਕੱਦਮੇ ਦੀਆਂ ਗੱਡੀਆਂ, ਕੁਛ ਇੰਪੋਰਟੈਂਟ ਜਿਹੜਾ ਮਾਲ ਮੁਕੱਦਮਾ, ਉਹ ਤਾਂ ਅਸੀਂ ਥਾਣੇ ਸਦਰ ਲੈ ਗਏ ਸੀ, ਪਰੰਤੂ ਕੁਝ ਕੁ ਗੱਡੀਆਂ ਜਿਹੜੀਆਂ ਨਾ ਜਾਣ ਨਹੀਂ ਜਾ ਸਕਦੀਆਂ ਸੀ, ਲਿਜਾਣ ਦੇ ਜੋ ਸਪਰੱਥ ਸਨ ਉਹ ਕੁਝ ਗੱਡੀਆਂ ਸਾਡੀਆਂ ਇੱਥੇ ਖੜੀਆਂ ਸਨ, ਅਤੇ ਜੋ ਇੱਕ ਕਿਸਾਨ ਨੇ ਥਾਣੇ ਦੇ ਲਾਗੇ ਕਿਸਾਨ ਨੇ ਕਿਸੇ ਨਾੜ ਨੂੰ ਅੱਗ ਲਾਈ ਹੋਈ ਸੀ, ਜਿਹਦੇ ਕਰਕੇ ਜਿਹੜਾ ਇਹਨਾਂ ਗੱਡੀਆਂ ਨੂੰ ਅੱਗ ਪੈ ਗਈ ਆ, ਇਹਦੇ ਵਿੱਚ ਕੋਈ 10 ਦੇ ਕਰੀਬ ਗੱਡੀਆਂ ਜਿਹੜੀਆਂ ਸਾਡੀਆਂ ਸੜ ਕੇ ਤਬਾਹ ਹੋ ਗਈਆਂ ਨੇ, ਅਤੇ ਬਾਕੀ ਜਿਹੜਾ ਥਾਣਾ ਸਾਰਾ ਸੇਫ ਹੈ, ਬਾਕੀ ਸਾਰਾ ਜਿਹੜਾ ਮਾਲ ਮੁਕੱਦਮਾ ਸੇਫ ਹੈ, ਸਿਰਫ ਜਿਹੜੀਆਂ ਬਾਹਰ ਗੱਡੀਆਂ 10 ਦੇ ਕਰੀਬ ਖੜੀਆਂ ਨੇ, ਕੋਈ 2 ਟਰੱਕ ਨੇ, 2-3 ਕਾਰਾਂ ਨੇ, ਆਟੋ ਵਗੈਰਾ ਨੇ, ਉਹ ਸਾਡੇ ਜਿਹੜਾ ਆਪਣਾ ਸੜਕੇ ਸਵਾਹ ਹੋਇਆ, ਜਿਹਦੇ ਸੰਬੰਧ ਵਿੱਚ ਅਸੀਂ ਸਾਰੀ ਕਾਰਵਾਈ ਕਰ ਰਹੇ ਹਾਂ, ਅਤੇ ਜਿਹੜੇ ਜਿਸ ਕਿਸਾਨ ਨੇ ਨਾੜ ਨੂੰ ਅੱਗ ਲਈ ਉਹਦੇ ਖਿਲਾਫ਼ ਪਰਚਾ ਵੀ ਦਰਜ ਕਰਾਂਗੇ, ਅਤੇ ਜੋ ਵੀ ਬਣਦੀ ਕਾਨੂੰਨੀ ਹੈ ਕਾਰਵਾਈ ਕੀਤੀ ਜਾਵੇਗੀ। ਅਸੀਂ ਇਹਦੇ ਖਿਲਾਫ਼ ਕਿਸਾਨਾਂ ਨੂੰ ਸੁਚੇਤ ਵੀ ਕਰੀ ਆ, ਕਿ ਮੇਰੀ ਬੇਨਤੀ ਵੀ ਕੀਤੀ ਆ, ਅਤੇ ਇਹਨਾਂ ਦੇ ਖਿਲਾਫ਼ ਅਸੀਂ ਪਰਚੇ ਵੀ ਦਰਜ ਕਰਦੇ ਹਾਂ, ਪਰੰਤੂ ਸਾਨੂੰ ਇਸ ਦੇ ਪ੍ਰਤੀ ਹੁਣ ਵੀ ਜਾਗਰੂਕ ਹੋਣਾ ਚਾਹੀਦਾ, ਜੇ ਇਸ ਤਰ੍ਹਾਂ ਦੇ ਇੰਸੀਡੈਂਟ ਹੁੰਦੇ ਰਹੇ ਤਾਂ ਸਾਡੇ ਲਈ ਕੋਈ ਵੀ ਨੁਕਸਾਨਦਾਇਕ ਹੋ ਸਕਦੇ ਹਨ। ਸੋ ਮੈਂ ਫਿਰ ਦੁਬਾਰਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਬੇਨਤੀ ਕਰਦਾ ਕਿ ਨਾੜ ਨੂੰ ਅੱਗ ਲਾਉਣੀ ਬੰਦ ਕਰੋ, ਤਾਂ ਜੋ ਕੋਈ ਨੁਕਸਾਨ ਨਾ ਹੋ ਸਕੇ। ਅਸੀਂ ਇਹਦੇ ਸੰਬੰਧ ਵਿੱਚ ਜਿਹੜਾ ਕਿਸਾਨ ਉਹਦੇ ਖਿਲਾਫ਼ ਪਰਚਾ ਦਰਜ ਕਰ ਰਹੇ ਹਾਂ, ਅਤੇ ਅਗਲੀ ਕਾਰਵਾਈ ਅਸੀਂ ਅਮਲ 'ਚ ਲਿਆ ਰਹੇ ਹਾਂ। ਉਹਦੇ ਸੰਬੰਧ ਵਿੱਚ ਮੈਂ ਬਸ ਪਤਾ ਜੋਈ ਕਰ ਰਿਹਾ ਕਿਸ ਕਿਸਾਨ ਨੇ ਅੱਗ ਲਗਾਈ ਸੀ, ਫਿਰ ਹਾਲ ਸਾਨੂੰ ਅਸੀਂ ਸਿਰਫ ਅੱਗ ਬੁਝਾ ਰਹੇ ਹਾਂ, ਸਾਡਾ ਮੇਨ ਮਕਸਦ ਉਹ ਪਹਿਲਾਂ ਅੱਗ 'ਤੇ ਕਾਬੂ ਕਰਨਾ। ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਆ ਗਈਆਂ ਨੇ, ਇਹ ਸਾਡੇ ਬਾਕੀ ਸਾਰਾ ਸਟਾਫ ਵੀ ਆ ਗਿਆ, ਅਤੇ ਅਸੀਂ ਜਿਹੜਾ ਆਪਣਾ ਅੱਗ ਨੂੰ ਬੁਝਾ ਰਹੇ ਹਾਂ, ਉਹ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।